सत श्री अकाल पंजाबीओ, मैं थोड़ा अपना माण बठिंडे वाला मलोट बैठे से मेले तो इतने एक एग्जीबिशन लगियां सी ते उत्ते आपां नूं बाई मिल गया। तुसीं देखिए अजकल बड़ा ट्रेंड चल रहा बई गल्लां बड़ियां घैंट करदा खरियां, मैं क्यों ना लाहा ले लईए। बई गुरप्रीत की हाल है? वधिया बई, चढ़दी कला मान साहब ते जमा जमा मौजा। ते सरपंची दा फिर की हो गया हुण? तू तां तैयारियां सरपंची यार ओ वैसे सही भी होया बई, अगले ने यार मेरी गल सुन घर फूकिया 5 साल फिर तमाशा तां वेखे ਉਹਨਾਂ ਦਾ 4.5 ਸਾਲ ਤੋਂ ਖੋਲਿਆ ਸੀਗਾ ਸਾਰਾ ਸਮਾਨ, ਉਹ ਗਲਤ ਆ ਕਿ ਨਹੀਂ? ਬਾਕੀ ਕਈਆਂ ਦੇ ਪੈਸੇ ਪੂਏ ਰਹਿੰਦੇ ਸੀ ਨਾ। ਹਾਂ ਬਈ, ਉਹ ਕੰਗਾਂ ਰੰਗਾਂ ਫੰਡਾ ਫੁੰਡਾ ਖੜੀਆਂ ਸੀਗੀਆਂ, ਉਹ ਗਲਤ ਆ ਕੰਮ। ਸਰਕਾਰਾਂ ਜਦੋਂ ਬਣ ਗਈਆਂ, ਅੱਜ ਇਹਨਾਂ ਨੇ ਭੰਗ ਕਰੀ ਸੀਗੀ ਸਰਪੰਚੀ ਬਲਾਕ ਸੰਮਤੀ ਹੈ ਨਾ, ਤੇ ਸਵੇਰੇ ਬਈ ਸਰਕਾਰ ਹੋਰ ਵੀ ਬਦਲ ਕੇ ਆ ਸਕਦੀ ਹੈ, ਫਿਰ ਉਹ ਵੀ ਅੱਧ ਵਿਚਾਲੇ ਭੰਗ ਕਰ ਦੇਣਗੇ ਜੇ ਆਈ ਪੰਚਾਇਤ। ਫੈਸਲਾ ਵਾਪਸ ਕਦੋਂ ਲੈ ਲੈਂਦੇ? ਫੈਸਲਾ ਤਾਂ ਥੁੱਕ ਕੇ ਚੱਟਣ ਦੀ ਆਦਤ ਆ ਥੋੜੀ ਜਿਹੀ ਇਹਨਾਂ ਨੂੰ, ਪਤਾ ਨਹੀਂ ਕੀ ਹੈ। ਮੁਆਵਜ਼ੇ ਦਾ ਲਾਣ ਵਾਲੀ ਛੇਤੀ ਕਰਦੇ ਆ, ਮੁਰਗੀ ਮੁਰਗੀ ਕਿਹੜਾ ਭੰਡ ਨੇ ਮੈਕ ਤੇ ਆ ਜਾਣਾ, ਲੈ ਵੀ ਤੁਹਾਡਾ ਪੰਜਾਬੀ ਕੋ ਕੁੱਲ ਮੁਆਵਜ਼ਾ ਮੈਂ ਦੇਊਂਗਾ, ਮੁਰਗੀ ਦਾ ਵੀ ਬੱਕਰੇ ਦਾ ਵੀ, ਤੇ ਮੁਆਵਜ਼ਾ ਦਿੰਦਾ ਕਾਸੇ ਦਾ ਵੀ ਨਹੀਂ। ਸਾਡੇ ਪਿੰਡ ਬਈ ਕਣਕ ਮਰੀ ਆ, ਭਲਾਈ ਆਣਾ ਪਿੰਡ ਆ ਮੇਰਾ, ਜੀ ਤੋਂ ਮਰਜ਼ੀ ਪੁੱਛ ਲਾ। ਮੁਕਤਸਰ ਜ਼ਿਲ੍ਹੇ ਚੋ ਸਭ ਤੋਂ ਜ਼ਿਆਦਾ ਨੁਕਸਾਨ ਸਾਡੇ ਪਿੰਡ ਸੀ। ਲੋਕ ਸਾਡੇ ਨਾ ਕਈ ਘਰ ਇਹੋ ਜਿਹੇ ਵੀ ਆ ਜਿਨ੍ਹਾਂ ਦੇ 20-20 ਮਣ ਕਣਕਾਂ ਹੋਗੀਆਂ, ਇੱਕ ਰੁਪਈਆ ਨਹੀਂ ਆਇਆ। ਨਹੀਂ ਆਇਆ? ਨਹੀਂ ਆਇਆ ਨਾ, ਇੱਕ ਰੁਪਈਆ ਨਹੀਂ ਆਇਆ। ਆੜਤੀਆਂ ਨੇ ਡੰਗ ਹੀ ਲਵਾਇਆ ਉਹਨਾਂ ਦਾ ਵਿਚਾਰਿਆਂ ਦਾ, ਖਿੱਚ ਧੂ ਕੇ ਚੱਲ ਹੁਣ ਮਹਾਰਾਜ ਫਸਲ ਚੰਗੀ ਲਾਵੇ, ਤੇ ਤੈਨੂੰ ਪਤਾ ਜਦੋਂ ਇੱਕ ਫਸਲ ਹੋ ਜੇ ਫਿਰ ਜੱਟ ਉਹ ਪੁਰਾਣੇ ਭੁੱਲ ਜਾਂਦਾ। ਬਾਕੀ 11ਵੇਂ ਜੱਟਾਂ ਦੀ ਗੱਲ ਤੂੰ ਛੇੜ ਲਈ, ਹਾਂਜੀ, ਜਿਹੜੇ ਵੱਟਾਂ ਵੱਢਦੇ ਆ ਰਾਹ ਵੱਢ ਲੈਂਦੇ ਸੜਕਾਂ ਜਮਾਂ ਥੱਲਿਓਂ ਖੁਰਚੀ ਜਾਂਦੇ ਆ, ਉਹਨਾਂ ਬਾਰੇ ਕੀ ਖਿਆਲ ਹੈ ਤੇਰਾ? ਉਹ ਬਈ ਛੋਟਾ ਜ਼ਿਮੀਦਾਰ ਨਹੀਂ ਵੱਧਦਾ, ਉਹਨੂੰ ਤਾਂ ਐਂ ਹੁੰਦਾ ਯਾਰ ਕਿਸੇ ਗੱਲ ਦਾ ਲਾਂਭਾ ਨਾ ਆ ਜੇ, ਉਹ ਜਿਹਦੀ ਧੌਣ 'ਚ ਕਿੱਲਾ ਹੁੰਦਾ ਉਹੀ ਵੱਢਦਾ, ਜਿਹਦੀ ਕੋਈ ਮਾੜੀ ਮੋਟੀ ਬਹਿਣੀ ਉੱਠਣੀ ਹੁੰਦੀ ਹੈ ਉਹ ਉਸਕੀ ਸੀਰੀ, ਜੇ ਉਹਦਾ ਵਾਹੁੰਦਾ ਹੋਵੇ ਉਹਨੂੰ ਮਾੜਾ ਜਿਹਾ ਕਰੋ, ਆਖ ਦਿੰਦਾ ਕੋਣੀ ਫਲਾਨੇ ਲੀਡਰ ਨਾਲ ਹੈਗੀ ਆਪਣੀ, ਤੇ ਤੈਨੂੰ ਪਤਾ ਵੀ ਗਰੀਬ ਦਾ ਤੇ ਆਪਣਾ ਤਾਂ ਇੱਕ ਸਾਂਝ ਆ, ਉਹਦੇ ਧੰਦੇ 'ਚ ਕੱਢਣਾ ਕੰਡਾ ਹੋਵੇ ਜੱਟ ਨਾਲ ਮੱਝ ਵੀ ਜ਼ਰੂਰ ਚਾਹੀਦਾ, ਸਪੋਰਟ ਹੀ ਬਾਲੀ ਜਦੋਂ ਦੇ ਦਿੰਦੇ ਉਦੋਂ ਕੰਮ ਖਰਾਬ ਹੋ ਜਾਂਦਾ ਊ ਨਹੀਂ। ਤੇ ਉਹ ਗੱਲ ਮਾੜੀ ਆ ਚੰਗੀ ਨਹੀਂ, ਜਿਵੇਂ ਸੜਕਾਂ ਨਾਲ ਉਹ ਆਪਾਂ ਵੱਢੀ ਜਾਂਦੇ ਹਾਂ ਥਾਂ, ਕਈ ਵਾਰੀ ਰਾਤ ਬਰੇਤੇ ਅਗਲਾ ਛੈੜ ਦਿੰਦਾ ਨਾਲ, ਵੱਟ ਵੱਢੀ ਪਈ ਹੁੰਦੀ ਆ, 5 ਫੁੱਟ ਡੂੰਘਾ ਵਾਹਣ ਹੁੰਦਾ, ਅਗਲੇ ਦੀ ਗੱਡੀ ਪਲਟ ਜਾਂਦੀ ਆ, ਨਾਲ ਪਰਿਵਾਰ ਹੁੰਦਾ, ਸੱਟਾਂ ਫੇਟਾਂ ਵੱਜ ਜਾਂਦੀਆਂ। ਤੜਕੇ ਆਪਣੇ ਪਿੰਡ ਦੇ ਲੋਕਾਂ ਨੇ ਟੈਗ ਉਹੀ ਲਾਉਣਾ ਹੁੰਦਾ ਯਾਰ, ਇਹਦੀ ਪੀਤੀ ਜਾਦੇ ਹੋ, ਭਾਵੇਂ ਜਮਾਂ ਰਾਧਾ ਸਮਾਮੀ ਹੋਵੇ, ਉਹ ਪਿੱਗ ਨਾ ਲਾਉਂਦਾ ਹੋਵੇ, ਪਰ ਉਹਨੂੰ ਤੜਕੇ ਟੈਗ ਤਾਂ ਇਹੀ ਦੇਣਾ ਵੀ ਪੀਤੀ ਹੋਊ ਯਾਰ ਇਹਦੀ, ਤੇ ਤਾਂ ਕਰਕੇ ਬਈ ਉਹ ਤਾਂ ਸਰਕਾਰੀ ਜਗ੍ਹਾ, ਉਹਦੇ ਨਾਲ ਆਪਾਂ ਨੂੰ ਕੀ ਹੁੰਦਾ ਹਨਾ, ਕਿੰਨਾ ਕੁ ਫਰਕ ਪੈਂਦਾ ਉਹਨਾਂ ਦੇ ਨਾਲ? ਉਹ ਯਾਰ ਫਰਕ ਬਈ ਕੀ ਹੁੰਦਾ, ਕਦੇ ਕੌਲਿਆਂ ਦੇ ਮੂਤੇ ਨਾਲ ਵੈਰ ਨਿਕਲੇ ਆ? ਨੀਤਾਂ ਦੀਆਂ ਗੱਲਾਂ ਹੁੰਦੀਆਂ, ਇਹ ਨੀਤਾਂ ਦੀਆਂ ਗੱਲਾਂ, ਜਿਹੜਾ ਵੈਰ ਕੱਢਣਾ ਕੌਲੇ ਦੇ ਮੂਤਰ ਨਾਲ ਨਹੀਂ ਨਿਕਲਦਾ, ਉਹਦਾ ਡਾਂਗ ਮਾਰੇ ਤੋਂ ਨਿਕਲੂ, ਜੇ ਉਹ ਵੀ ਡਾਂਗ ਵਿੱਚ ਮੇਰੀ ਗੱਲ ਸੁਣ, ਘਰਾਂ 'ਚ ਭਾਈ ਭਾਈ ਨਾਲ ਬੇਈਮਾਨੀ ਕਰ ਜਾਂਦੇ ਆ, ਉਹ ਤਾਂ ਬੜੀ ਮਾੜੀ ਗੱਲ ਹੈ, ਕਰ ਜਾਂਦੇ ਨੇ ਉਹ, ਕਿਸੇ ਦਾ ਕੀ ਸਵਾਰੂ ਹੁਣ ਬਾਹਰ ਬਾਈ? ਉਹ ਮੇਰੀ ਗੱਲ ਸੁਣ, ਬੇਈਮਾਨੀ ਕਰ ਲੈਂਦਾ, ਪਰ ਯਾਰ ਜਿਹੜਾ ਨਾਲ ਦਾ ਜੰਮਿਆ ਨਾ ਉਹਦੇ ਨਾਲ ਜਿਹੜਾ ਬੇਈਮਾਨੀ ਕਰ ਗਿਆ, ਦੁਨੀਆਂ 'ਚ ਕਿਸੇ ਦਾ ਵੀ ਨਹੀਂ, ਕਿਹਦਾ ਕਿਹਦਾ ਸਕਾ ਨਹੀਂ ਯਾਰ, ਜਿਹੜਾ ਨਾਲ ਦੇ ਜੰਮੇ ਦਾ ਸਕਾ ਨਹੀਂ ਹੋਇਆ, ਤੇ ਟਾਈਮਾਂ ਦਾ ਕੀ ਹੋਜੂ, ਤੇ ਬੰਦਾ ਕਰਦਾ ਕਿਹਦੀ ਖਾਤਰ ਆ? ਲਾਦ ਖਾਤਰ ਆ, ਉਹਦੇ ਸਭ ਤੋਂ ਜ਼ਿਆਦਾ ਪੈਂਦੀਆਂ ਵੇਖੀਆਂ ਮੈਂ, ਪੈਂਦੀਆਂ ਵੀ ਉਹਦੇ ਸਭ ਤੋਂ ਜ਼ਿਆਦਾ ਆ, ਜਿਹੜਾ ਲਾਦ ਆਪਦੀ ਦਾ ਬਾਹਲਾ ਜਿਹਾ ਕਰੇ ਨਾ ਵੀ ਮੈਂ ਆਹ ਬਣਾ ਦਿਆਂ ਤਾਂ ਆਹ ਬਣਾ ਦਿਆਂ, ਜਿਹੜਾ ਮੇਰੇ ਵਰਗਾ ਪਰਵਾਹ ਹੀ ਨਹੀਂ ਕਰਦਾ ਕੋਣੀ ਯਾਰ, ਰੱਬ ਨੇ ਦਿੱਤੇ ਨਿਆਣੇ ਆਪ ਹੀ ਸਵਾਰੂਗਾ, ਉਹਦੇ ਆਪ ਹੀ ਪਲ ਜਾਂਦੇ ਆ ਧੂਕੜੀ ਸਕੇ। ਜੇ ਤੇਰੀ ਗੱਲ ਕਰੀਏ ਬਾਈ, ਆਪਾਂ ਇੰਟਰਵਿਊ ਵਾਂਗੂ ਬਾਈ ਨੂੰ ਸੁਣ, ਤੈਨੂੰ ਬੜਾ ਲੋਕ ਸੁਣਦੇ ਆ, ਪਿਆਰ ਕਰਦੇ ਨੇ, ਗੱਲਾਂ ਸੱਚੀਆਂ ਹੁੰਦੀਆਂ। ਕਿਹੜਾ ਪਿੰਡ ਹੈ ਤੇਰਾ? ਭਲਾਈ ਹੈ ਨਾ? ਹਾਂ ਭਲਾਈ ਹੈ ਨਾ। ਕੀ ਕੰਮ ਕੀ ਕਰਦਾ? ਖੇਤੀਬਾੜੀ ਬਾਈ। ਅੱਛਾ, ਕਿੰਨੀ ਖੇਤੀ ਕਰਦਾ? ਖੇਤੀਬਾੜੀ 27-28 ਕਿੱਲੇ। ਅੱਛਾ, ਤੇ ਆ ਪ੍ਰੋਬਲਮ ਨਹੀਂ ਹੁੰਦੀ ਹੈ? ਨਾ ਯਾਰ, ਨਾ ਕਰੀ ਨਹੀਂ ਕੋਸ਼ਿਸ਼, ਕਰੀ ਨਹੀਂ ਕੋਸ਼ਿਸ਼ ਕਟਾਉਣ ਦੀ ਬਾਈ, ਮੇਰੀ ਖੁਰਾਕ ਬਹੁਤ ਆ ਯਾਰ, ਮੈਂ ਆਏ ਨਹੀਂ ਨਾ ਉਹ ਤੰਦਰੁਸਤ ਆ, ਮੈਂ ਉਹ ਤੇਰੇ ਕੁਰਕਰੇ ਬਰਗਰ ਖਾ ਕੇ ਨਹੀਂ ਭੁੱਲਿਆ, ਜੱਟ ਦੀ ਸਾਂਝ ਜਿੰਨੀ ਸੇਵਾ ਬਾਪੂ ਨੇ ਕਰੀ। ਮੈਂ ਪਤਾ ਕੀ ਗੱਲ ਸੀਗੀ ਬਾਈ, ਮੇਰਾ ਪਿਓ ਸੀ ਇਕੱਲਾ ਹੋਇਆ ਸੀਗਾ, 4 ਕੁੜੀਆਂ ਪਿੱਛੋਂ ਮਸਾਂ ਹੀ ਲਿਆ ਸੀਗਾ ਮੇਰੇ ਦਾਦੇ ਨੇ, ਤੇ ਉਹ ਇਕੱਲਾ ਹੋਣ ਕਰਕੇ ਸਾਡਾ ਵਾਹਣ ਸੀਗਾ ਉੱਚਾ, ਉਦੋਂ ਨਾ ਥੋੜੇ ਜਿਹੇ ਬੰਦੇ ਘੱਟ ਮਿਲਦੇ ਹੁੰਦੇ ਸੀਗੇ, ਤੇ ਮੈਂ 10 ਕੁ ਸਾਲ ਦਾ ਸੀਗਾ, ਤੇ ਅੱਜ ਕੱਲ ਜਦੋਂ ਆ ਮੱਗਰ ਜੇ ਚ ਨਰਮੇ ਪੱਟਦੇ ਹੁੰਦੇ ਆਪਾਂ, ਦਿਹਾੜਗੇ ਦੂੜਗੇ ਥਿਉਣੇ ਨਾ, ਤੇ ਮੈਂ ਉਦੋਂ 11-12 ਕੁ ਸਾਲ ਦਾ ਹੋਊਗਾ, ਤੇ ਮੈਨੂੰ ਖੇਤ ਲੈ ਗਿਆ ਮੇਰਾ ਦਾਦਾ, ਮੈਂ ਉੱਥੇ ਫਿਰਦੇ ਨੇ ਟੋਕਾ ਜਿਹਾ ਚੱਕ ਲਿਆ ਸੀ ਮੈਂ ਜਾਣ 'ਚ, ਕਿਉਂ ਮੈਨੂੰ ਪਹਿਲਾਂ ਬਦਾਮ ਬਦੂਮ ਬਹੁਤ ਖਵਾਏ ਸੀ ਮੇਰੇ ਦਾਦੇ ਨੇ, ਤੜਕੇ ਉੱਠਣ ਸਾਰ ਹੀ 12 ਬਦਾਮਾਂ
ਦਾ ਸੇਖ ਜਾ ਬਣਿਆ ਕੇ ਪਿਆ ਦਿੰਦਾ ਸੀ ਤੇ ਮੈਂ ਬਾਈ ਟੋਕਾ ਚੱਕ ਲਿਆ ਦੋ ਓੜੇ ਮੇਰੇ ਤਾਂ ਬਰਾਬਰ ਹੀ ਜਾਣ ਛੜੀਆਂ ਵੜਦੀ ਹਾਂ ਤੇ ਮੇਰਾ ਦਾਦਾ ਦਾ ਉਹਦਾ ਲਿੱਦ ਚੋਂ ਮਾਣ ਕੀ ਪਾ ਲਿਆ ਦਾ ਸਕੂਲਾਂ 'ਚ ਆਪਾਂ ਨੂੰ ਕਿਹਨੇ ਸਰਕਾਰੀ ਜੋਬ ਦੇਣੀ ਆ ਸਵੇਰ ਤੋਂ ਉਹਦਾ ਨਰਮਾ ਪਟਾ ਚਾਰ ਦਿਨ ਮੈਂ ਉਹ ਸਾਲ ਨਰਮਾ ਪਟਾਇਆ ਨਰਮਾ ਮੈਂ ਨਾਲ ਛੋਰ ਵੀ ਲਵਾਏ ਮੈਨੂੰ ਨਿੱਕਾ ਜਿਹਾ ਜੱਫਾ ਬਣਾਤਾ ਮੈਂ ਚੱਕੀ ਗਿਆ ਨਰਮਾ ਚੁਕਾਈ ਗਿਆ ਉਦੋਂ ਬਾਅਦ ਬਾਈ ਮੈਂ ਉਦੋਂ ਸੀਗਾ ਅੱਠਵੀਂ 'ਚ ਅੱਠਵੀਂ ਦੇ ਮੇਰੇ ਪੇਪਰ ਜੇ ਵਿਚਾਲੇ ਰਹਿ ਗਏ ਪੇਪਰ ਪੂਪਰ ਜੇ ਰਹਿ ਗਏ ਤੇ ਰਿਜ਼ਲਟ ਖਣੀ ਆਇਆ ਕਿ ਨਹੀਂ ਮੈਨੂੰ ਤਾਂ ਐਵੇਂ ਨਹੀਂ ਪਤਾ ਮੇਰੇ ਸਰਟੀਫਿਕੇਟ ਜੇ ਘਰੇ ਮੁੜ ਕੇ ਬਾਈ ਕਣਕ ਆ ਗਈ ਉਦੋਂ ਨਾ ਮੰਡਲੀਆਂ ਲਾਉਂਦੇ ਹੁੰਦੇ ਸੀ ਆਪਣੇ ਇਹ ਗੱਲ ਹੈਗੀ ਮੇਰੇ ਹਿਸਾਬ ਨਾਲ 2002 ਦੀ ਉਦੋਂ ਮੰਡਲੀਆਂ ਲਾਉਂਦੇ ਸੀਗੇ ਤੇ ਜਦੋਂ 5-6 ਮੰਡਲੀਆਂ ਲਾਤੀਆਂ ਕਿੱਲੇ 'ਚ ਵਾਢਿਆਂ ਨੇ ਤੇ ਉਹ ਮੇਰਾ ਦਾਦਾ ਦਾ ਯਾਰ ਇਕੱਠੀਆਂ ਹੀ ਕਰਾ ਦੇ ਮੈਂ ਤੈਨੂੰ ਕਬੂਤਰਾਂ ਦਾ ਜੋੜਾ ਲਿਆ ਕੇ ਦਿਓ ਮੇਰੇ ਕੀੜਾ ਸੀਗਾ ਮੈਂ ਕਿਹਾ ਵੀ ਕਬੂਤਰਾਂ ਦਾ ਜੋੜਾ ਗੱਲ ਸੁਣ ਲਾ ਮੰਡਲੀਆਂ ਸਾਰੀਆਂ ਇਕੱਠੀਆਂ ਕਰਾ ਦਿੰਦਾ ਕਬੂਤਰਾਂ ਦਾ ਜੋੜਾ ਬਾਬੇ ਕਿੱਕਰ ਤੋਂ ਲੈ ਕੇ ਦੇਣਾ ਪਊ ਛੱਤਿਆਣੇ ਵਾਲੇ ਤੋਂ ਤੇ ਆਲਮਾਲੇ ਵਾਲੇ ਜਾਂਟੇ ਵਾਲੇ ਚੱਕੂੰਗਾ ਮੈਂ ਉਹਦੀ ਲਿਆ ਸੀਗੀ ਬਾਲੀ ਉਹਦੇ ਨਾਲ ਕਿੱਕਰ ਬੁੜੇ ਨਾਲ ਉਹ ਆਹਦਾ ਯਾਰ ਕੋਈ ਚੱਕਰ ਨਹੀਂ ਆਹਦਾ ਤੈਨੂੰ ਆਲਮਾਲੇ ਵਾਲੇ ਜਾਂਟੇ ਵਾਲਾ ਜੋੜਾ ਹੀ ਚੁਕਾ ਕੇ ਲਿਆਊਂਗਾ ਤੇ ਮੈਂ ਬਾਈ ਚਾਹ 'ਚ ਲੱਗ ਪਿਆ ਮੈਂ ਕਿਹਾ ਵੀ ਹੁਣ ਜਾਂਟੇ ਵਾਲੀ ਨਸਲ ਆਊਗੀ ਮੰਡਲੀਆਂ ਹੀ ਆ ਮੇਰਾ ਪਿਓ ਪਾਈ ਗਿਆ ਪੰਡਾ ਮੈਂ ਚੱਕੀ ਗਿਆ 3 ਕਿੱਲੇ ਸਾਡੇ ਠੇਕੇ ਤੇ ਵਢਾਏ ਸੀਗੇ ਤੂੜੀ ਵਾਸਤੇ 2 ਦਿਨਾਂ 'ਚ ਅਸੀਂ 3 ਕਿੱਲਿਆਂ ਦੀਆਂ 3 ਹੀ ਕਰਤੀਆਂ ਮੰਡਲੀਆਂ ਦੂਜੇ ਦਿਨ ਅਸੀਂ 4 ਵਜੇ ਵਿਹਲੇ ਹੋ ਗਏ ਤੈਨੂੰ ਪਤਾ ਵਿਸਾਖ 14 ਦਿਨ ਬਾਲੇ ਖੜੇ ਹੁੰਦੇ ਆ ਨਾ ਮੈਂ ਕਿਹਾ ਵੀ ਬਾਪੂ ਮੈਂ ਤਾਂ ਕਰਤਾ ਵਾ ਤਾਂ ਪੂਰਾ ਚੱਲ ਚੱਲ ਗਿਆ ਮੈਨੂੰ ਉਹਦਾ ਮਾਰ 35 ਗੇਰਾਂ ਦੀ ਸੈਲਫ ਮੈਂ ਬਾਲਿਆ ਬਾਈ ਮਰਗਾੜ ਤੇ ਬੁੜੇ ਨੂੰ ਤੇ ਲੈ ਗਿਆ ਕਿੱਕਰ ਕੋਲੇ ਤੇ ਉਹ ਆਹਦਾ ਖਿਆਓ ਜੀ ਉਹ ਆਹਦਾ ਯਾਰ ਮੈਂ ਇੱਕ ਕੰਮ ਆਇਆ ਤੇਰੇ ਕੋਲੇ ਕਹਿ ਕੇ ਕੀ ਉਹਦਾ ਮੈਂ ਮੇਰੇ ਪੋਤਰੇ ਨਾਲ ਕਰੀ ਆ ਜਵਾਨ ਤੇ ਇਹਨੂੰ ਆਹਦਾ ਯਾਰ ਕਬੂਤਰ ਦੇ ਉਹ ਆਹਦਾ ਲੈ ਜਾਓ ਕੋਈ ਚੱਲ ਨਹੀਂ ਮੈਂ ਕਿਹਾ ਬਈ ਮੈਨੂੰ ਜਾਂਟੇ ਵਾਲੇ ਦੇ ਉਹ ਆਹਦਾ ਕੋਈ ਗੱਲ ਨਹੀਂ ਚੱਕ ਲਾ ਆਹਦਾ ਆਹ ਚੱਕ ਉਹਦਾ ਉਹੀ ਦੇਵਾਂਗੇ ਉਹ ਬਾਈ 14 ਖੰਭਾਂ ਦੇ ਕਾਲ ਪੂਛੇ ਉਹਦੀਆਂ ਨਾ ਦੁੰਬ ਜਮਾਂਦਰੂ ਕਾਲਾ ਸੀਗਾ ਉਹ ਫਿਰ ਜੋੜੀ ਲਈ ਉਹ ਤੋਂ ਮੈਂ ਅੱਜ ਕਿੰਨੇ ਆ ਹੁਣ ਤਾਂ ਬਾਈ ਪਤਾ ਹੀ ਨਹੀਂ ਬਹੁਤ ਹੈ ਵਾਧੂ ਜਾਨਾ ਬਾਜੀਆਂ ਦੇ ਸੀਗਾ ਉਹ ਮਹਿੰਗਾ ਜਾਂ ਬੱਕਰਾ ਨਹੀਂ ਦੇ ਸੀ ਹਾਂਜੀ 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 ਉਹ ਵੇਚਦਾ ਕਿ ਹੈਗਾ ਉਹ ਵੇਚਦਾ ਬਾਈ ਅੱਛਾ ਉਹ ਆਪਾਂ ਲਿਆ ਸੀਗਾ 38,000 ਦਾ ਹਿੰਡੀ ਜੀ ਬੰਨੀ ਸੀ ਉਹ ਬਾ ਮੈਂ ਤਾਂ ਅੜੀ ਜੀ ਲਿਆਂਦਾ ਸੀਗਾ ਮੇਰੇ ਕੋਲੇ ਬੱਕਰੀਆਂ ਦਾ 6-7 ਸੀ ਉਹ ਮੈਂ ਕਿਹਾ ਯਾਰ ਕੁਛ ਨਹੀਂ ਹੁੰਦਾ ਉਹ ਤੈਨੂੰ ਪਤਾ ਝੋਨਾ ਵੇਚਿਆ ਸੀਗਾ ਉਦੋਂ ਜੱਟ ਵੀ ਖੱਬੀ ਮੁੱਛ ਨੂੰ ਤਾ ਦਿੰਦਾ ਸੀ ਮੈਂ ਕਿਹਾ ਬੱਕਰੀ ਆਪਦੀ ਮੈਂ ਕਿਹਾ ਬੱਕਰਾ ਲੈ ਕੇ ਕਿੰਨੇ ਦਿੱਤਾ ਹੁਣ ਉਹ ਬਾਈ ਆਪਾਂ ਨੂੰ 15,000-16,000 ਨਫਾ ਦੇ ਗਿਆ ਅੱਛਾ ਹਾਂ ਹੁਣ ਹੈ ਨਹੀਂ ਕੋਈ ਨਹੀਂ ਬੱਕਰੀ ਹੈਗੀ ਆਪਣੇ ਕੋਲੇ ਬਾਜੀਆਂ ਤੇ ਜਾਂਦਾ ਹੁੰਦਾ ਕਬੂਤਰਾਂ ਹਾਂ ਬਾਈ ਪੂਰਾ ਨਹੀਂ ਬਾਜੀਆਂ ਤੇ ਹੁਣ ਮੇਰੀ ਡਿਊਟੀ ਘੱਟ ਆ ਹੁਣ ਮੈਂ ਨਹੀਂ ਜਾਂਦਾ ਬਾਜੀਆਂ ਤੇ ਮੈਂ ਘਰੇ ਜਾਨਵਰ ਸਾਂਭਦਾ ਬਾਜੀਆਂ ਤੇ ਮੇਰਾ ਭਰਾ ਜਾਂਦਾ ਛੋਟਾ ਨਵੀ ਬਾਬੇ ਬੋੜ ਮਦੀਰ ਦਾ ਚੇਲਾ ਉਹ ਹੁਣ ਉਹ ਜਾਂਦਾ ਇਹ ਫਿਰ ਐਤਕੀ ਲਿਆਂਦਾ ਕੋਈ ਜਿੱਤ ਗਈ ਹਾਂ ਬਾਈ ਕੀ ਐਤਕੀ ਬਾਜੀਆਂ ਸੀ 14-15 ਜਿੱਤੀਆਂ ਹੈ ਹਾਂ ਹਿੱਸੇ ਲਏ ਆ ਸਾਰੇ ਮੰਡਲੀ ਚੋਂ ਨਿਕਲੇ ਵਾ ਸ਼ੌਂਕ ਹੈ ਇੱਕ ਇੱਕ ਹਿੱਸਾ ਇਹੋ ਜਿਹਾ ਸੀਗਾ ਮੇਰੇ ਭਰਾ ਨੇ ਤੜਕੇ ਜਾ ਕੇ ਦਾਵਾ ਕਰਤਾ ਸੀ ਆਹਦਾ ਹੱਥ ਨੇ ਇਕੱਲੇ ਦੇ ਹੀ ਰਹੂ ਤੇ ਉਹ ਮੈਨੂੰ ਲੱਗਦਾ ਰਿਕਾਰਡਿੰਗ ਵੀ ਹੋ ਗਈ ਮੇਰੀ ਮੋਬਾਈਲ 'ਚ ਤੇ ਉਹ ਮੁੜ ਕੇ ਆਖਤਾ ਸੀਗਾ 4 ਵਜੇ ਆਖਤਾ ਸੀਗਾ ਤੇ ਹਾਂ ਬਾਈ ਨਵੀਂ ਬਰਾੜ ਦਾ ਤੇ ਇਕੱਲੇ ਦੇ ਹੀ ਰਹਿ ਗਿਆ ਭਲਾਈਆਂ ਨੇ ਤਾਂ ਜੱਟ ਨੇ ਤੜਕੇ ਗੱਲ ਕਰੀ ਸੀਗੀ ਪਗਾ ਤੀ ਆਹਦਾ ਸ਼ੌਂਕ ਬਾਈ ਕੋਈ ਨਹੀਂ ਮਾੜਾ ਹੁੰਦਾ ਇਹ ਲੋਕਾਂ ਦੀਆਂ ਗੱਲਾਂ ਬਣਾਗਾ ਕਿ ਜਿਹੜੇ ਘਰੇ ਕਬੂਤਰ ਰੱਖੇ ਆਗੇ ਉੱਥੇ ਘਰ ਸੁੰਨੇ ਹੋ ਜਾਂਦੇ ਆ ਐ ਹੋ ਜਾਂਦੇ ਆ ਉਹ ਗੱਲਾਂ ਕਬੂਤਰ ਬੋਲਦੇ ਆ ਮੈਂ ਤਾਂ ਵੇਖਿਆ ਨਹੀਂ ਕੋਈ ਕਬੂਤਰਾਂ ਵਾਲਾ ਘਰ ਪੱਟੀ ਦਾ ਬੰਦਾ ਮਾੜਾ ਹੋ ਸਕਦਾ ਜਾਨਵਰ ਕੋਈ ਨਹੀਂ ਮਾੜਾ ਜਦੋਂ ਲੱਛਣ ਮਾੜੇ ਹੋ ਗਏ ਆਪਣੇ ਉਦੋਂ ਸਭ ਕੁਝ ਹੀ ਮਾੜਾ ਕਈ ਆ ਦਿੰਦੇ ਆ ਫਲਾਨਾ ਘਰ ਮਾੜਾ ਫਲਾਨੇ ਨੂੰ ਵਾਧਾ ਨਹੀਂ ਕਰਿਆ ਸਭ ਗੱਲਾਂ ਕਈ ਆ ਦਿੰਦੇ ਆ ਪੈਲੀ ਮਾੜੀ ਆ ਫਲਾਨੇ ਨੂੰ ਵਾਧਾ ਕੋਈ ਰੁੱਖ ਨਹੀਂ ਮਾੜਾ ਬਾਈ ਕਈ ਆਂਦੇ ਬੇਰੀ ਮਾੜੀ ਆ ਕੋਈ ਆਂਦਾ ਨਾਰ ਮਾੜੇ ਆ ਜਦੋਂ ਬਈ ਬੰਦਾ ਮਾੜਾ ਹੋ ਜੂ ਕੋਈ ਦੁਨੀਆ ਦੇ ਚੀਜ਼ ਨਹੀਂ ਮਾੜੀ ਹੈ ਗੁਰਪ੍ਰੀਤ ਹਾਂਜੀ ਬੱਕਰੀਆਂ ਦਾ ਜੇ ਕਾਰੋਬਾਰ ਜਿਵੇਂ ਨੌਜਵਾਨ ਖੜੇ ਕਿਸੇ ਨੇ ਆਪਣੀ ਮੈਸੇਜ ਆਊਗਾ ਜੇ ਕਿਸੇ ਨੇ ਕਾਰੋਬਾਰ ਕਰਨਾ ਹੋਵੇ ਕਿਵੇਂ ਆ ਬਈ ਕਾਰੋਬਾਰ ਬਹੁਤ ਚੰਗਾ ਪਰ ਕਰੇ ਉਹ ਬੰਦਾ ਬੱਕਰੀਆਂ ਦਾ ਕਾਰੋਬਾਰ ਜਿਹਨੇ ਕਾਲੀ ਐਣਕ ਨਹੀਂ ਲਾਉਣੀ ਚਿੱਟੇ ਲੀੜੇ ਨਹੀਂ ਪਾਉਣੇ ਤੇ ਵਿਹਲਾ ਘੁੰਮਣਾ ਨਹੀਂ ਕੰਮ ਔਖਾ ਜ਼ਰੂਰ ਆ ਪੈਸੇ ਬਹੁਤ ਆ ਕਿੰਨੇ ਕਿੰਨੀ ਜ਼ਮੀਨ ਦਾ ਮੁਕਾਬਲਾ ਕਰਦਾ ਦੱਸ ਕੇ ਚੰਗੀ ਸਾਂਭ ਸੰਭਾਲ ਕਰਨੀ ਆ ਉਹ ਜਿਹੜਾ ਬੰਦਾ ਠੇਕੇ ਤੇ ਪੈਲੀ ਲੈਂਦਾ ਉਹ ਠੇਕੇ ਤੇ ਲੈਣੀ ਭੁੱਲ ਜਾਂਦਾ ਪਰ ਕੰਮ ਸਮਾਈ ਦਾ ਬਾਈ ਹਾਂ ਕੰਮ ਸਮਾਈ ਦਾ ਹਾਂ ਉਹ ਗੱਲ ਨਹੀਂ ਵੀ ਲਿਆ ਕੇ 4 ਬੰਨਤੀਆਂ ਦੇ ਮੂਹਰੇ ਸੁੱਕੀ ਤੂੜੀ ਸਿੱਟ ਕੇ ਤੇ ਆਪ ਮੇਲਿਆਂ ਤੇ ਤੁਰਿਆ ਫਿਰਿਆ ਉਹ ਗੱਲ ਨਹੀਂ ਵਿੱਚ ਰਹਿਣਾ ਪੈਂਦਾ ਹਾਂ ਹਾਂ ਵਿੱਚ ਰਹਿਣਾ ਪੈਂਦਾ ਚੱਤੋ ਪਰ ਬੰਦਾ ਵਿੱਚ ਰਵੇ ਕਿਉਂ ਬੱਕਰੀ ਨੇ ਟੂਸੇ ਹੀ ਖਾਣਾ ਬੱਕਰੀ ਨੂੰ ਸਭ ਤੋਂ ਵੱਡੀ ਕੁਦਰਤ ਕੰਦਗੋਂ ਦਾਤ ਆ
ਡਾਣੀ ਡੇਕ ਦੀ, ਜਿੰਨੀ ਡੇਕ ਦੀ ਡਾਣੀ ਪਊ ਉਨੀ ਬੱਕਰੀ ਤੰਦਰੁਸਤ ਰਹੂ। ਸੁੱਕਾ ਗਵਾਰੇ ਦਾ ਨੀਰਾ, ਮੂੰਗਫਲੀ ਦਾ, ਮੱਕੀ, ਇਹੋ ਜਿਹੀਆਂ ਚੀਜ਼ਾਂ ਖਾਂਦੀ। ਕਿੰਨੇ ਟਾਈਮ ਤੋਂ ਰੱਖੀਆਂ ਹੋਈਆਂ? ਮੈਂ ਬਾਈ 2 ਸਾਲ ਹੋ ਗਏ ਰੱਖੀਆਂ ਨੂੰ, ਹੁਣ ਮੈਂ ਬੱਕਰੀਆਂ ਘਟਾਤੀਆਂ। ਤੂੰ ਵੇਖ, ਮੈਂ ਬੱਕਰੀਆਂ ਵੇਚ ਕੇ ਘੋੜੀ ਲਿਆਇਆ। ਘੋੜੀਆਂ ਮੇਰੇ ਕੋਲ ਪਹਿਲਾਂ ਵੀ ਸੀ 2007 ਤੋਂ ਰੱਖਦਾ, ਪਰ ਮੇਰੇ ਕੋਲ ਬੱਕਰੀਆਂ ਬਾਲੀਆਂ ਹੋ ਗਈਆਂ। ਮੈਂ 1.25 ਲੱਖ ਦੀਆਂ ਬੱਕਰੀਆਂ ਵੇਚ ਕੇ ਤੇ ਘੋੜੀ ਲਿਆਇਆ, ਵੀ ਬੱਕਰੀਆਂ ਮੈਨੂੰ ਘੋੜੀ ਵਾਲਾ ਵੀ ਬਣਾ ਚੜ ਜਾਂਦਾ ਘੋੜੀ। ਹਾਂ ਲਿਆ ਹੁਣੇ ਬਹਿ ਜਾਂਦਾ। ਦੇਖ ਲੋ ਮਿੱਤਰਾਂ, ਐਵੇਂ ਭੁਲੇਖੇ ਚ ਨਾ ਰਹੇ, ਘੋੜੀ ਤੇ ਕਹਿੰਦਾ ਜਾਲ ਮਾਰ ਕੇ ਚੜ ਜਾਂਦਾ। ਬਾਪੂ ਨੇ ਆਖ ਦੇਣਾ ਵੀ ਸੱਜਰ ਲਿਆਓ, ਹੁਣ ਦੁੱਧ ਥੋੜਾ ਰਹਿ ਗਿਆ। ਅੱਛਾ ਤੂੰ ਇਕੱਲੇ ਹੀ ਸਾਂਭ ਲੈਣਾ? ਆਪਾਂ ਉਹ ਨੀ ਖਾਂਦੇ ਵੀ ਆ, ਕਮਾਉਣੇ ਵੀ ਆ। ਬਾ ਮੈਂ ਲੋਕਾਂ ਨੂੰ ਇਹੀ ਗੱਲ ਆ ਨਾ, ਵੀ ਖਾਓ ਵੀ ਕਮਾਓ ਵੀ, ਗਲਤ ਥਾਂ ਪੈਸਾ ਨਾ ਲਾਓ, ਗਲਤ ਸ਼ੌਂਕ ਨਾ ਪਾਓ। ਉਹ ਤੈਨੂੰ ਪਤਾ ਹੀ ਆ ਕਿਹੜੇ ਸ਼ੌਂਕ ਮਾੜੇ ਹੁੰਦੇ ਆ, ਆਪੇ ਜਾਨੀ ਜਾਣ ਬੁੱਝ ਜਾਣਗੇ। ਸ਼ੌਂਕ ਅੱਖ ਮਟਕੇ ਦਾ ਹੀ ਮਾੜਾ ਹੁੰਦਾ, ਹੋਰ ਸ਼ੌਂਕ ਨਹੀਂ ਮਾੜਾ ਹੁੰਦਾ। ਉਹਦੇ 'ਚ ਮੰਗਾਰ ਬਾਲੀ ਪੈਂਦੀ ਆ, ਨਾਲੇ ਉਹ ਵਹਿਬ ਤੇ ਜਾਂਦੀ ਵੀ ਨਹੀਂ ਤੇ ਨਾ ਕੋਈ ਵਿਸ਼ਵਾਸ ਕਰੇ। ਨਸ਼ੇ ਵਾਲਾ ਨਸ਼ਾ ਛੱਡ ਤੂੰ, 2 ਦਿਨ ਤੇਰੇ ਕੇ ਨਾਲ ਲੈ ਕੇ ਰਹਿ ਕੇ ਯਕੀਨ ਕਰ ਲੂ, ਇਹੋ ਜਿਹੇ ਬੰਦੇ ਦੇ ਮੁੜ ਕੇ ਯਕੀਨ ਨਹੀਂ ਕਰਦਾ, ਕੋਈ ਘਰੇ ਨਹੀਂ ਵੜਦਾ। ਨਾ 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 ਨਾ, ਯਕੀਨ ਵਾਲਾ ਰਹਿ ਨਹੀਂ ਜਾਂਦਾ ਉਹ, ਉਹ ਯਕੀਨ ਵਾਲਾ ਰਹਿ ਨਹੀਂ ਜਾਂਦਾ। ਕਿਉਂ ਕੁੱਤੇ ਨੂੰ ਜਦੋਂ ਵੱਢਣ ਦੀ ਆਦਤ ਪੈ ਜਾਏ ਨਾ, ਉਹ ਜਾਂਦੀ ਨਹੀਂ, ਉਹਦਾ ਪਤਾ ਨਹੀਂ ਵੀ ਵੱਢ ਕਿਹਨੂੰ ਜਾਣਾ, ਮਾਲਕ ਨੂੰ ਵੀ ਵੱਢ ਜਾਂਦਾ ਉਹ। ਉਹ ਸ਼ੌਂਕ ਮਾੜੇ ਆ, ਹੋਰ ਸ਼ੌਂਕ ਤਾਂ ਚੱਲਦੇ ਹੀ ਰਹਿੰਦੇ ਆ। ਕਈ ਆਖ ਦਿੰਦੇ ਘਰੇ ਸਾਂਭ ਰੱਖਿਆ ਮਾੜਾ, ਮੈਂ 2 ਸਾਲ ਉਹ ਵੀ ਰੱਖਿਆ ਬਾਈ, ਮੈਨੂੰ ਤਾਂ ਕੋਈ ਘਾਟਾ ਨਹੀਂ ਪਾਇਆ। 1500 ਬੱਚਾ ਆ ਗਿਆ ਹੋਣਾ ਸਾਡੇ ਪਿੰਡਾਂ 'ਚ ਉਹਦਾ, ਹੁਣ ਜਿਹੜਾ ਹਰੇਕ ਜਿਹਦੇ ਘਰੇ ਕੱਟੀ ਜਾਂ ਕੱਟਾ ਖੜਾ, ਹਰੇਕ ਹੀ ਆਉਂਦਾ ਬਾਬੇ ਗੁਰਨਾਮ ਕਿਆਲੇ ਸਾਂਭ ਦਾ ਬੱਚਾ। ਹਾਂ ਗੁਰਨਾਮ ਬਾਈ ਮੇਰੇ ਦਾ ਸ਼ੌਂਕ ਬਾਈ, ਮੈਂ ਹਰੇਕ ਪਕਾਇਆ ਆਪਦੀ ਜ਼ਿੰਦਗੀ 'ਚ। ਆਪਾਂ ਨੂੰ ਘਰੋਂ ਵੀ ਪੂਰੀ ਸਪੋਰਟ ਰਹੀ ਆ, ਭਰਾ ਦੀ, ਪਿਓ ਦੀ, ਮਾਂ ਦੀ, ਭਰਜਾਈ ਦੀ, ਭੈਣ ਦੀ, ਭਣੋਗੇ ਦੀ। ਜਿੱਥੇ ਆਖ ਦਿੰਦੇ ਆ ਕਈ ਵਾਰੀ, ਮੈਂ ਤਾਂ ਇਹੋ ਜਿਹੇ ਕਮਲੇ ਕੰਮ ਕੀਤੇ ਆ, ਸੌਦਾ ਕਰੇ ਉਹਨਾਂ ਘਰੇ ਆ ਕੇ ਦੱਸਣਾ ਨਾ, ਤੜਕੇ ਮੌਕੇ 'ਤੇ ਪੈਸੇ ਮੰਗ ਲੈਣੇ, ਪਰ ਆਪਾਂ ਨੂੰ ਹਾਜ਼ਰੀ ਰਹੇ ਆ ਬਾਈ। ਅਤੇ ਸ਼ੌਂਕ ਕੋਈ ਨਹੀਂ ਮਾੜਾ, ਪਰ ਜਿਹੜਾ ਸ਼ੌਂਕ ਲਾ ਲਿਆ ਸਰੀਰ ਨੂੰ, ਉਹ ਤਨ ਦੇ ਹੀ ਨਾਲ ਨਿਭਾਓ। ਇਉਂ ਨਹੀਂ ਵੀ ਆਪਾਂ ਕੋਈ ਵੀ ਜਾਨਵਰ ਰੱਖ ਲਿਆ ਲਿਆ, ਕਈ ਬੰਦਿਆਂ ਦੇ ਸ਼ੌਂਕ ਨੂੰ ਕਿੱਤਾ ਬਣਾਓ। ਹਾਂ ਕਈ ਬੰਦਿਆਂ ਦੀਆਂ ਮੈਂ ਆਦਤਾਂ ਵੇਖੀਆਂ, ਸ਼ੌਂਕ ਉਹਨਾਂ ਨੇ ਹਰੇਕ ਪਕਾਉਣਾ, ਕੇਅਰ ਕਾਸੇ ਦੀ ਵੀ ਨਹੀਂ ਕਰਨੀ, ਮਗਰੋਂ ਫਿਰ ਉਹਨਾਂ ਦੀਆਂ ਬੁੜੀਆਂ, ਉਹ ਬੱਕਰੀ ਲੈ ਲਾ, ਮੈਂ ਲੈ ਲਾ, ਉਹ ਸੁੱਕ ਤਾਂ ਜਾਂਦੀ ਸੇਵਾ ਕਰਨ ਨੂੰ, ਮਗਰ ਉਹ ਬਾਬੇ ਕੋਲੇ ਚੱਲ ਪੈਂਦੀਆਂ 10 ਰੁਪਈਏ ਮਾਰ ਕੇ। ਰੱਖੋ ਹੀ ਨਾ ਬਾਈ, ਰੱਖੋ ਹੀ ਨਾ। ਆਪਾਂ ਬਾਈ 4 ਕਿੱਲਿਆਂ ਦੀ ਤਾਂ ਕਣਕ ਰੱਖੀ ਆ, ਨਾਲੇ ਸਾਡੇ ਐਤਕੀ ਕਣਕ ਘੱਟ ਹੋਈ ਆ, ਤੇ ਸਾਡੇ ਹਰਜਿੰਦਰ ਸੇਠ ਆ ਤੇ ਉਹਦੇ ਨਾਲ ਮੇਰੀ ਆੜਤ ਆ, ਉਹਨੂੰ ਜਾ ਕੇ ਪੁੱਛ ਲਓ ਵੀ ਗੁਰਪ੍ਰੀਤ ਤਾਂ ਇੱਥੋਂ 6 ਮਹੀਨਿਆਂ 'ਚ ਕਿੰਨੇ ਦਾ ਛੋਲਿਆਂ ਦਾ ਛਿਲਕਾ ਦੇ ਚੋਕਰ ਜਾਂਦਾ। 80,000 ਰੁਪਏ ਦਾ ਛੋਲਿਆਂ ਦਾ ਛਿਲਕਾ ਦੇ ਚੋਕਰ ਆ ਜਾਂਦਾ, ਬੱਕਰੀਆਂ, ਮੱਝਾਂ ਤੇ ਘੋੜੀਆਂ ਵਾਸਤੇ। ਨਾਲੇ ਤੁਹਾਡੇ ਪਿੰਡ ਗੱਲ ਜੁੜੀ ਵੀ ਕਹਿੰਦੇ ਤੂੰ ਸਰਪੰਚ ਉੱਠੀਗਾ ਤੂੰ? ਨਹੀਂ ਬਾਈ, ਮੇਰੇ ਟੁੱਟਵੇਂ ਹੈ ਨਹੀਂ ਕਿਤੇ, ਮੇਰੇ ਬਾਪੂ ਨੇ 5-5, 6-6 ਕਿੱਲਿਆਂ ਦੇ ਪੱਖੇ ਹੀ ਬਣਾਏ ਆ। ਅੱਛਾ, ਨਹੀਂ ਸਰਪੰਚ ਉਹ ਉੱਠੂਗਾ ਬਾਈ ਜਿਹਦੇ ਡੂੜ ਕਰਮ ਦੀ ਪਈ ਜਾਂਦੀ ਆ 2 ਕਿੱਲਿਆਂ ਨੂੰ, ਸਰਪੰਚ ਉੱਠਣਾ ਬਹੁਤ ਔਖਾ, ਘਰ ਪਛਾਹ ਹੋ ਜਾਂਦਾ ਇੱਕ ਪੀੜੀ ਜਿਹੜਾ ਸਰਪੰਚ ਉੱਠਦਾ ਨਾ। ਹੁਣ ਜਿਹੜੇ ਨੇ ਖੰਭ ਜੇ ਕੱਢੇ ਸੀ ਯਾਰ, ਉਹ ਫਿਰ ਉਹਨਾਂ ਨੇ ਭੈੜੀ ਜੀ ਨਹੀਂ ਹੋ ਗਈ, ਉਹ ਫੇਰ ਚੜ ਗਏ ਹਾਈ ਕੋਰਟ ਨੇ ਝਾੜਤੇ। ਸਰਪੰਚੀ ਮਾੜੇ ਬੰਦੇ ਦੇ ਵੱਸ ਦਾ ਰੋਗ ਨੀ, ਸਰਪੰਚੀ ਕਰਨੀ, ਸਰਪੰਚੀ ਮਿਲ ਸੌਖੀ ਜਾਂਦੀ ਆ, 40-50 ਲੱਖ ਬੰਦਾ ਕੇਰਾਂ ਲਾ ਦਿੰਦਾ, ਪਰ ਪਲੱਸ ਉਦੋਂ ਬਾਅਦ ਖਰਚੇ। ਸੁਣ, ਕੋਈ ਪਿੰਡ 'ਚ ਮਾੜਾ ਮੰਗਦਾ ਆਉਂਦਾ ਪਹਿਲਾਂ ਸਰਪੰਚ ਦਾ ਘਰ ਪੁੱਛਦਾ, ਕੋਈ ਤੇਰੇ ਆਹ ਆਉਂਦੇ ਆ ਨਕਲ ਕੇ ਸਰਪੰਚ ਦਾ ਘਰ, ਕੋਈ ਬਾਜੀਗਰ ਬਾਜੀ ਪਾਉਣ ਆਉਂਦਾ, ਸਰਪੰਚ ਨੂੰ ਉਹ ਟਿਕਟ ਵੀ ਲੱਗਣੀ ਆ, ਕਿਸੇ ਦਾ ਰੌਲਾ ਮਕਾਉਣ ਥਾਣੇ ਜਾਂ ਕਚਹਿਰੀ ਜਾਗੋ ਜਾਣੀ, ਉਹ ਤਾਂ ਚੱਲ ਬਾਅਦ ਦੀ ਗੱਲ, ਉਹਦਾ 6 ਮਹੀਨਿਆਂ ਦਾ ਪ੍ਰੋਸੈਸ ਆ। ਅਤੇ ਜੇ ਕਿਸੇ ਦਾ ਰੌਲਾ ਮਕਾਉਣਾ ਸਰਪੰਚ, ਜਦੋਂ ਕਾਰ 'ਚ ਨਾਲ ਬਹਿ ਕੇ ਜਾਵੜੇ 4 ਬੰਦੇ, ਉਹਨਾਂ ਨੂੰ ਆਏ ਦਾ ਨਾ ਆਖ ਦੂਗਾ ਵੀ ਤੇਲ ਪਵਾ ਦਿਓ, 1,000 ਰੁਪਏ ਦਾ ਨਿੱਤੋਂ ਤੇਲ ਮਾਜਦਾ। ਜਿਹੜਾ ਸਰਪੰਚ ਉੱਠਦਾ ਇਹ ਨਾਲ ਐਡ ਕਰ ਲਏ ਵੀ 5 ਸਾਲਾਂ 'ਚ 40 ਲੱਖ ਮੈਨੂੰ ਹੋਰ ਚਾਹੀਦਾ, 40 ਲੱਖ ਦਾ ਖੀਰਾ। ਅੱਜ ਕੱਲ੍ਹ ਕੋਈ ਦਿੰਦਾ ਨੀ, ਕੰਪਿਊਟਰੀ ਕਰਨਾ, RTIਆਂ ਨੇ ਸਿਸਟਮ ਇਹ ਜਿਹਾ, ਉਹ ਖਾਊਦਾ ਫੇਰ ਹੀ, ਜੇ ਸਰਕਾਰ ਦੇਊਗੀ ਤਾਂ ਉਹ ਦਿੰਦੇ ਹੀ ਨਹੀਂ, ਉਹਦਾ ਲਾਹ ਨਹੀਂ ਕਰਦਾ, ਉਹਦਾ ਕਿਹੜਾ ਅਜੇ ਭਾਬੀ ਦੇ ਕੰਮਾਂ ਕਾਰਾਂ 'ਚ ਬਿਜੀ ਆ, ਡਾਇਮੰਡ ਦੀ ਰਿੰਗ ਚੱਲਦੀ ਆ।
ਸਰਪੰਚੀ ਜਿਹੜਾ ਬੰਦਾ ਉੱਠਦਾ ਨਾ ਨਾਲ 40 ਲੱਖ ਹੋਰ ਐਡ ਕਰਕੇ ਉੱਠੇ 40 ਲੱਖ ਦਾ ਸਰਪੰਚੀ ਤੇ ਮਾੜੇ ਤੋਂ ਮਾੜੇ ਪਿੰਡ ਚ ਲੱਗ ਜਾਂਦਾ 40 ਲੱਖ ਉਹਦਾ 5 ਸਾਲਾਂ ਚ ਖਰਚਾ ਹੋਰ ਆ ਜਿਹਦੇ 80 ਲੱਖ ਰੁਪਈਆ ਗੀਜੇ ਚ ਹੈਗਾ ਉਹ ਸਰਪੰਚ ਉੱਠ ਖੜੇ ਦੂਜਾ ਮੇਰੇ ਵਰਗਾ ਖੁਸ਼ੀ ਨੂੰ ਫੀਲਿੰਗਾ ਲਵੇ ਮੈਨੂੰ ਕਈ ਆ ਰਹੇ ਪਿੰਡ ਚ ਆ ਕੇ ਤੂੰ ਸਰਪੰਚ ਉੱਠਣ ਦਾ ਮਾਰਾ ਕਰਦਾ ਮੈਂ ਕਿਹਾ ਮੈਂ ਘਰੇ ਸਰਪੰਚ ਹਾਂ ਬਾਈ ਮੈਂ ਘਰੇ ਸਰਪੰਚ ਹਾਂ ਮੈਨੂੰ ਅੱਧੋ ਜ਼ਿਆਦਾ ਪੰਜਾਬ ਜਾਣਦਾ ਸਰਪੰਚੀ ਅਗਲਾ ਨਾਂ ਬਣਾਉਣ ਦਾ ਮਾਰਾ ਹੀ ਲੈਂਦਾ ਮੇਰੇ ਸਾਡੇ ਘਰੇ ਬਾਈ ਨਾ ਹੁਣ ਲੋਕ ਕਈ ਕਮੈਂਟ ਵੀ ਤੈਨੂੰ ਕਰਨਗੇ ਬਾਦਲ ਸਾਹਿਬ ਦੀ ਦਰੀ ਭਲਾਈਆਂ ਨੇ ਪਿੰਡ 'ਚ ਮੇਰੇ ਦਾਦਿਆਂ ਨੇ ਵਿਛਾਈ ਸੀ ਠੀਕ ਆ ਸਾਡੇ ਘਰੇ ਬਾਦਲ ਸਾਹਿਬ ਬੈਠਕ ਸੀਗੀ ਸਾਡੀ ਉਹਦੇ ਜਾ ਕੇ 2-2 ਘੰਟੇ ਆਰਾਮ ਕਰਦਾ ਸੀਗਾ ਉਦੋਂ ਥੋੜ੍ਹੀ ਜਿਹੀ ਬਾਦਲ ਦੀ ਪਹੁੰਚ ਆਮ ਸੀਗੀ ਸਧਾਰਨ ਉਸ ਟਾਈਮ ਆਮ ਆਦਮੀ ਸੀ ਆਮ ਹੀ ਸੀ ਜੈੱਡ ਸੁਰੱਖਿਆ ਜਦੋਂ 2007 ਤੋਂ ਲੈ ਕੇ ਬਣਿਆ ਨਾ ਮੈਂ 7 'ਚ ਆਪ ਗਿਆ ਮੇਰੇ ਬਾਪੂ ਜੀ ਨਾਲ ਮਿਲਣ ਬਾਦਲ ਸਾਹਿਬ ਨੂੰ ਚੰਡੀਗੜ੍ਹ ਬਾਹਰੋਂ ਆਏ ਸੀਗੇ ਜੈੱਡ ਸੁਰੱਖਿਆ ਨੂੰ ਪਾਸੇ ਕਰਕੇ ਮੇਰੇ ਬਾਪੂ ਜੀ ਨੂੰ ਆ ਕੇ ਜੱਫੀ ਪਾਲੀ ਸੀ ਬਾਦਲ ਸਾਹਿਬ ਨੇ ਜੇ ਅਸੀਂ ਲੀਡਰੀ ਕਰਨੀ ਹੁੰਦੀ 2007 'ਚ ਸਰਕਾਰ ਸੀਗੀ ਅਕਾਲੀ ਦਲ ਦੀ ਅਸੀਂ ਕੁਛ ਕਰ ਸਕਦੇ ਸੀਗੇ ਪਰ ਮੈਂ ਇਹ ਚੀਜ਼ਾਂ ਨੂੰ ਸਮਝਦਾ ਨਹੀਂ ਜਿਹੜਾ ਲੋਕਾਂ ਦਾ ਖੂਨ ਪੀਣਾ ਨਾ ਇੱਕ ਪੀੜ੍ਹੀ ਸੁੱਖ ਲੈ ਲੂ ਮੈਂ ਸੁੱਖ ਲੈ ਜੂ ਮੇਰੀ ਲਾਦ ਭੋਗੂਗੀ ਸਾਡੇ ਦਾਦੇ ਨੇ ਕਿਸੇ ਪਾਰਟੀ ਅਕਾਲੀ ਦਲ 'ਚ ਰਿਹਾ ਕਿਸੇ ਦਾ ਪਿੰਡ 'ਚੋਂ ਪੰਜੀ ਨਹੀਂ ਖਾਧੀ ਅੱਜ ਅਸੀਂ ਰਾਜ ਰਾਜਦੇ ਹਾਂ ਜੇ ਮੇਰੇ ਦਾਦੇ ਨੇ ਲੋਕਾਂ ਦੇ ਪੁੱਠੇ 'ਚ ਸਿੱਧੇ ਮੁਕੱਦਮੇ ਬਣਾਏ ਹੁੰਦੇ ਅੱਜ ਉਹ ਸਾਡੇ ਮੂਹਰੇ ਆਉਣਾ ਸੀਗਾ ਸਾਡੇ ਸਿਰ 'ਤੇ ਕੌਲੇ ਹੋਣੇ ਸੀਗੇ ਝੋਨਾ ਲਾਉਣ ਜਾਣਾ ਸੀ ਮਾੜੀ ਗੱਲ ਨਾ ਕਰੋ ਕਿਸੇ 'ਤੇ ਇਹ 13 ਬੰਦਾ ਮੈਂ ਦੀ ਫੂਕ ਛੱਕ ਜਾਂਦਾ ਮਗਰੋਂ ਬਹੁਤ ਗਲਤ ਹੁੰਦਾ ਪਿੰਡੋ ਲੋਕ ਉਧਰੋਂ ਸਾਡੀ ਬਾਪੂ ਦੀ ਅਰਥੀ ਖੇਤ ਪਹੁੰਚ ਗਈ ਸੀ ਮੈਨੂੰ ਲੱਗਦਾ ਜਿੰਨਾ ਮੂਸੇ ਵਾਲੇ ਦੇ ਇਕੱਠ ਹੋਇਆ ਹੋਣਾ ਉਦੋਂ ਕੋਈ ਮਾੜਾ ਮੋਟਾ ਹੀ ਘੱਟ ਹੋਊਗਾ ਇੰਨਾ ਘੱਟ ਸੀ ਜੱਟ ਮਗਰ ਲੋਕ ਆਹਦੇ ਸੀਗੇ ਪੰਜਾਂ ਪਿੰਡਾਂ ਦੇ ਬੰਦੇ ਵੀ ਅੱਜ ਕੋਈ ਬੰਦਾ ਮਰਿਆ ਸੱਚੀ ਗੱਲ ਬਾਈ ਕਹਿਣੀ ਬਹੁਤ ਔਖੀ ਆ ਸੱਚੀ ਸੁਣਨੀ ਵੀ ਔਖੀ ਆ ਕਹਿਣੀ ਵੀ ਔਖੀ ਆ ਅਸਲ 'ਚ ਕਮਾਈ ਬੰਦੇ ਦੀ ਉਹ ਹੁੰਦੀ ਆ ਸੇਵਿਆਂ ਨੂੰ ਜਾਂਦਾ ਘੱਟ ਦੱਸੋ ਗੱਭਰੂ ਨੇ ਜ਼ਿੰਦਗੀ 'ਚ ਕੀ ਖੱਟਿਆ ਸਹੀ ਗੱਲ ਆ ਬਾਈ ਬੰਦੇ ਚਾਰ ਰਹੇ ਨੇ ਉੱਥੇ ਉਹ ਬਾਈ ਹੈਗੇ ਉਹ ਵੀ ਪਿੰਡਾਂ 'ਚ ਬੰਦੇ ਹੁੰਦੇ ਆ ਬਾਕੀ ਬਾਈ ਮੈਂ ਤਾਂ ਇਹੀ ਆ ਨਾ ਭਰਾਵਾ ਆਪਦੇ ਘਰੇ ਕੁੱਲ ਸਰਪੰਚ ਆ ਕੰਮ ਕਰੋ ਮੇਨ ਕੰਮ ਨਹੀਂ ਰੋਟੀ ਦੇਣੀ ਆਪਾਂ ਨੂੰ ਹੁਣ ਤੂੰ ਮੇਰੀ ਗੱਲ ਸੁਣ ਲਾ ਮੈਂ ਨਿੱਕੀ ਜੀ ਆਪਦੀ ਹੱਡ ਬੀਤੀ ਸੁਣਾਉਣਾ ਮੇਰੇ ਕੋਲ ਬਾਈ ਘੱਟੋ ਘੱਟ 20 ਲੱਖ ਰੁਪਏ ਦਾ ਮਾਲ ਆ ਮੰਗਾਂ ਤੇ ਘੋੜੀਆਂ ਸਾਡਾ ਜਿਹੜਾ ਗੋਹੇ ਕੂੜੇ ਵਾਲਾ ਸੀਗਾ ਉਹ ਪਰਸੋਂ ਬਿਮਾਰ ਹੋ ਗਿਆ ਅੱਛਾ ਉਹ ਬਿਮਾਰ ਹੋ ਗਿਆ ਜਦੋਂ ਉਹ ਬਿਮਾਰ ਹੋ ਗਿਆ ਤੇ ਅਸੀਂ ਬਾਈ ਗੋਹਾ ਆਪ ਚੱਕੀ ਜਾਗੇ ਦੋਨੇ ਭਰਾ ਸਾਡੇ ਇੱਕ ਪਿੰਡ ਦਾ ਬੰਦਾ ਆਇਆ ਆਹ ਯਾਰ ਗੋਹਾ ਕਿ ਤੂੰ ਆਪ ਹੀ ਚੱਕੀ ਜਾਂਦਾ ਮੈਂ ਕਿਹਾ ਬਾਈ ਯਾਰ ਮੈਂ ਤਾਂ ਆਪਦੇ ਘਰੇ ਗੋਹਾ ਚੱਕੀ ਜਾਂਦਾ ਲੋਕ ਬਾਹਰ ਫੋਰਨ 'ਚ ਜਾ ਕੇ ਕੰਮ ਕਰੀ ਜਾਂਦੇ ਆ ਕੈਨੇਡਾ ਜਾ ਕੇ ਸਹੀ ਆ ਉੱਥੇ ਕੀ ਆ ਬਾਈ ਕੰਮ ਹੀ ਆ ਉੱਥੇ ਵੀ ਗੋਹਾ ਹੀ ਜਾਗਦੇ ਆ ਹਾਂ ਮੈਂ ਆਪਦੇ ਘਰੇ ਬਾਪੂ ਦੇ ਘਰੇ ਕੰਮ ਕਰੀ ਜਾਂਦਾ ਮੈਨੂੰ ਕੀ ਮਾੜਾ ਲੋਕ ਯਾਰ ਐਡੇ ਕਮਲੇ ਹੋਏ ਆ ਬਾਹਰ ਜਾ ਕੇ ਦਿਹਾੜੀਆਂ ਕਰੀ ਜਾਂਦੇ ਆ ਘਰੇ ਕੰਮ ਤੋਂ ਡਰੀ ਜਾਂਦੇ ਆ ਬਾਈ ਅੱਜ ਮੇਰੇ ਕੋਲ 20 ਲੱਖ ਰੁਪਏ ਦਾ ਮਾਲ ਆ ਮੈਂ ਅੱਜ ਉਹਨੂੰ ਵੇਚ ਦਿਆਂ ਮੈਂ ਜ਼ੀਰੋ ਹੋ ਜੂ ਉਹ ਚੀਜ਼ਾਂ ਨੇ ਮੇਰਾ ਨਾਮ ਬਣਾਇਆ ਜੇ ਰੱਖਾਂਗਾ ਤਾਂ ਯਾਰ ਕੰਮ ਵੀ ਕਰਨਾ ਪਊਗਾ ਸੋ ਪੰਜਾਬੀਓ ਤੁਹਾਨੂੰ ਬੇਨਤੀ ਆ ਆਮ ਜਿਹੜੇ ਮੁੰਡੇ ਅੱਜ ਕੱਲ੍ਹ ਦੇ ਵੀ ਕੰਮ ਤੋਂ ਨਾ ਡਰੋ ਗੋਹਾ ਚੱਕਣਾ ਵੀ ਕੋਈ ਮਾੜੀ ਗੱਲ ਨਹੀਂ ਜਦੋਂ ਆਪਦਾ ਜਿਹੜਾ ਬਾਹਰ ਜਾ ਕੇ ਅੰਗਰੇਜ਼ਾਂ ਦਾ ਚੱਕਣਾ ਉਹਦੇ ਨਾਲ ਉਹ ਕਿਤੇ ਚੰਗਾ ਮੇਰੇ ਵਰਗੇ ਨੂੰ ਪਤਾ ਤਾਂ ਹੁੰਦਾ ਨਹੀਂ ਕਿਹੜੀ ਮਹਿਲਾ ਕਿਹੜਾ ਕੱਟਾ ਹਾਂ ਤੇ ਬਾਹਰ ਜਾ ਕੇ ਫਿਰ ਤੈਨੂੰ ਪਤਾ ਫਾਰਮਾਂ ਤੇ ਕੰਮ ਕਰਦੇ ਆ ਬਾਈ ਫਾਰਮਾਂ ਤੇ ਥੱਲੇ ਲੱਗਿਆ ਹੋਇਆ ਜੇ ਸਿੱਟਣ ਲੱਗ ਜੇ ਕੋਈ ਐਂ ਵੀ ਗੱਲ ਯਾਰ ਬਾਈ ਉਹਦੇ ਥੱਲੇ ਕਾਹਦਾ ਲੱਗਿਆ ਉਹ ਵੀ ਜੇ ਕਿਸੇ ਦੀ ਧੀ ਆ ਜੇ ਉਹ ਬਿਮਾਰ ਹੋ ਜੂ ਉਹਨੂੰ ਵੀ ਦਵਾਈ ਤੈਨੂੰ ਹੀ ਦਵਾਉਣੀ ਪਊ ਕਿ ਨਹੀਂ ਇਹ ਤਾਂ ਐਵੇਂ ਗੱਲਾਂ ਬਣਾਂਗਾ ਯਾਰ ਚੱਲ ਠੀਕ ਆ ਬਾਈ ਧੰਨਵਾਦ ਤੇਰਾ ਯਾਰ ਮਿਲਦੇ ਆ ਕਰੇ ਭਲਾਈ ਜਣੇ ਹੁਣੇ ਆਇਓ ਆਇਓ ਬਾਈ ਲਾਜ਼ਮੀ ਪੱਕਾ ਪੱਕਾ ਮੈਂ ਤਾਂ ਤੇਰੇ ਉਹ ਤੇਰੀ ਭੈਣ ਨਹੀਂ ਵੀ ਕਿਲੀ ਮੈਂ 1-2 ਬੰਦਿਆਂ ਨੂੰ ਉੱਥੇ ਆਖਿਆ ਮੈਂ ਕਿ ਬਾਈ ਦਾ ਮੈਂ ਕਿ ਨੰਬਰ ਲੈ ਕੇ ਦਿਓ ਮੈਨੂੰ ਮੈਂ ਵੀ ਤੇਰਾ ਫੈਨ ਤੈਨੂੰ ਕਿਵੇਂ ਪਤਾ ਲੱਗ ਗਈ ਉਹ ਤੁਸੀਂ ਕਿਹੜਾ ਗਏ ਸੀਗੇ ਵੀਡੀਓ ਪਾਈ ਸੀ ਠੀਕ ਹੈ ਬਾਕੀ ਬਾਈ ਉਹ ਨਾ ਗੱਲਾਂ ਤੂੰ ਵੀ ਸੱਚੀਆਂ ਹੀ ਸੁਣਾਉਣਾ ਇੱਕ ਤੂੰ ਰਹਿੰਦਾ ਲੱਖੇ ਸਧਾਣੇ ਨਾਲ ਲੱਖਾ ਸਧਾਣਾ ਬੰਦਾ ਨਹੀਂ ਮਾੜਾ ਲੋਕ ਉਹਨੂੰ ਕੋਈ ਕਮੈਂਟ ਗਲਤ ਕਰੀ ਜਾਂਦੇ ਬਈ ਐਮਪੀ ਢੋਣਾ ਪੱਕ ਸੱਚ ਤੇ ਲੜਦਾ ਯਾਰ ਹੈ ਐਮਪੀ ਢੋਣਾ ਉਹਨੂੰ ਜਿੱਤ ਜੂ ਪੱਕਾ ਜਿੱਤੂ ਯਾਰ ਆਏਗਾ 2-4 ਦਿਨ ਲਵਾਉਣਾ ਮੈਂ ਆਣਾ ਭਾਵੇਂ 10 ਦਿਨ ਸੱਦ ਲਈ ਬਾ ਠੀਕ ਆ ਬਾਈ
चलो ठीक है भाई धन्यवाद। पर एक गल आ मैं बोलूं स्टेज ते सचगा सचियां सुनाई आखदे लखे नु भी मुड़ के गुस्सा ना मने मेरी नहीं कह देंगे कोई गल मैं सचगा ही सुनाउणा बस ठीक क्योंकि आपा प्राणी ले लिया भी गल सच्ची आखनी है हां चलो ठीक है भाई धन्यवाद।